ਬਿਲਕੁਲ ਹਰ ਡਿਸਟ੍ਰਿਕਟ ਲੈਵਲ ਤੇ ਜਿਸ ਤਰੀਕੇ ਅੱਜ ਅਨਾਊਂਸ ਤਾਂ ਕਰ ਹੀ ਦਿੱਤਾ ਗਿਆ ਵੀ ਵਾਰਡ ਲੈਵਲ ਦੇ ਉੱਤੇ ਜਾਏਗਾ, ਬਹੁਤ ਜ਼ਰੂਰਤ ਹੈ ਕੰਜ਼ਿਊਮਰ ਅਵੇਅਰਨੈਸ ਦੀ ਸਭ ਜਗ੍ਹਾ, ਕਿਉਂਕਿ ਕਾਨੂੰਨ ਤੇ ਕਾਨੂੰਨ ਤਾਂ ਬਣਦੇ ਰਹਿੰਦੇ ਆ, ਪਰ ਉਹ ਕਿਸ ਤਰੀਕੇ ਲੋਕਾਂ ਨੂੰ ਉਹਦਾ ਫਾਇਦਾ ਮਿਲ ਸਕੇ, ਇਹ ਕਾਫੀ ਦੇਖਣ ਨੂੰ ਮਿਲਿਆ ਵੀ ਪਹੁੰਚ ਨਹੀਂ ਪਾਉਂਦਾ ਉਹਨਾਂ ਤੇ ਸੁਨੇਹਾ। ਇਹ ਸੁਨੇਹਾ ਦੇਣ ਲਈ ਅੱਜ ਇੱਕ NGOs ਨੂੰ ਬੁਲਾਇਆ ਗਿਆ, ਵੱਖਰੀਆਂ ਵੱਖਰੀਆਂ ਐਸੋਸੀਏਸ਼ਨਸ ਨੂੰ ਬੁਲਾਇਆ ਗਿਆ ਵੀ ਇਹਦਾ ਇੱਕ ਉਪਰਾਲਾ ਕੀਤਾ ਗਿਆ ਵੀ ਇਹ ਮੈਸੇਜ ਸਾਰਿਆਂ ਤਾਈਂ ਪਹੁੰਚਾਇਆ ਜਾਵੇ, ਕਿਉਂਕਿ ਅੱਜ ਕੰਜ਼ਿਊਮਰ ਡੇ ਹੈ ਅਤੇ ਬਹੁਤ ਸਾਲਾਂ ਤੋਂ ਪੰਜਾਬ ਦੇ ਵਿੱਚ ਕਦੀ ਕੰਜ਼ਿਊਮਰ ਡੇ ਇਸ ਲੈਵਲ 'ਤੇ ਮਨਾਇਆ ਵੀ ਨਹੀਂ ਸੀ ਗਿਆ। ਅੱਜ ਮਨਾਇਆ ਗਿਆ ਔਰ ਆਫਿਸਰਸ ਨੇ ਕਾਫੀ ਮਿਹਨਤ ਕੀਤੀ ਔਰ ਕਾਫੀ ਅੱਛੇ ਤਰੀਕੇ ਨਾਲ ਮਨਾਇਆ ਗਿਆ, ਕਿਉਂਕਿ ਇਹਦੇ ਜਿਹੜੀ ਪਾਰਟੀਸਪੇਸ਼ਨ ਸੀ ਸਾਰੀ ਮਹਿਕਮੇ ਵੱਲੋਂ ਹੀ ਸੀਗੀ, ਕੋਈ ਬਾਹਰੋਂ ਨਹੀਂ ਸੀ। ਇੱਕ ਦਿਨ ਪਹਿਲਾਂ ਤੋਂ ਸਕੂਲਾਂ ਦੇ ਵਿੱਚ ਵੀ ਜਿਹੜੇ ਕਰਵਾਏ ਗਏ ਕੰਪੀਟੀਸ਼ਨਸ, ਪੋਸਟਰ ਕੰਪੀਟੀਸ਼ਨ, ਐਸੇ ਕੰਪੀਟੀਸ਼ਨਸ ਅਤੇ ਉਹਨਾਂ ਦੀ ਓਰੇਸ਼ਨ ਸਕਿੱਲ ਚੈੱਕ ਕਰੀ ਗਈ ਔਰ ਸਾਰਾ ਕੁਛ ਟੋਪਿਕ ਸਾਰਾ ਕੰਜ਼ਿਊਮਰ ਅਵੇਅਰਨੈਸ ਦਾ ਹੀ ਸੀਗਾ ਅਤੇ ਉਹਨਾਂ ਨੂੰ ਜਿਹੜੇ DOs ਨੇ, ਐਜੂਕੇਸ਼ਨ ਮਹਿਕਮੇ ਨੇ, ਉਹਨਾਂ 'ਚੋਂ ਫਸਟ ਸੈਕਿੰਡ ਕੱਢੇ, ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕਰਿਆ ਬੱਚਿਆਂ ਨੂੰ ਅਵੇਅਰਨੈਸ ਕਰਨ ਵਾਸਤੇ। ਅਤੇ ਅੱਜ ਸਾਰੇ ਸਾਡੇ ਜਿੰਨੇ ਕੰਜ਼ਿਊਮਰ ਕੋਰਟਾਂ ਦੇ ਪ੍ਰੈਜੀਡੈਂਟ ਸੀਗੇ ਔਰ ਮੈਂਬਰ ਸੀਗੇ, ਉਹ ਵੀ ਆਏ ਹੋਏ ਸੀਗੇ, ਉਹਨਾਂ ਨੂੰ ਵੀ ਇੱਕ ਸੁਨੇਹਾ ਦਿੱਤਾ ਗਿਆ ਵੀ ਆਪਾਂ ਨੂੰ ਉਹਨਾਂ ਜਿਹੜੀ ਅਦਾਲਤਾਂ ਦੇ ਵਿੱਚੋਂ ਬਾਹਰ ਨਿਕਲ ਕੇ ਲੋਕਾਂ ਤਾਈਂ ਵੀ ਪਹੁੰਚਣਾ ਪਏਗਾ, ਕਿਉਂਕਿ ਇੰਨੇ ਸਾਲਾਂ 'ਚ ਕੰਜ਼ਿਊਮਰ ਕੋਰਟਾਂ 'ਚ ਸਿਰਫ 95,000 ਕੇਸ ਆਉਣ, ਅਤੇ ਇਹਦਾ ਮਤਲਬ ਲੋਕਾਂ 'ਚ ਅਵੇਅਰਨੈਸ ਦੀ ਕਿਤੇ ਨਾ ਕਿਤੇ ਕਮੀ ਹੈ। ਲੀਗਲ ਮੈਟਰੋਲੋਜੀ ਹੈ, ਮਾਪਤੋਲ ਹੈ, ਮਾਪਤੋਲ ਦਾ ਬਾਲਾ ਕੁਛ ਲੋਕਾਂ ਨੂੰ ਪਤਾ ਨਹੀਂ ਹੁੰਦਾ। ਅੱਜ ਇਹ ਹੀ ਨਹੀਂ ਪਤਾ, ਸਭ ਤੋਂ ਵੱਡੀ ਗੱਲ ਹੈ ਵੀ ਅਸੀਂ ਜ਼ਮੀਨ ਹੀ ਗਜ਼ਾਂ 'ਚ ਖਰੀਦਦੇ ਹਾਂ, ਜਦਕਿ ਕਾਨੂੰਨ ਤੌਰ 'ਤੇ ਅਸੀਂ ਮੀਟਰਾਂ 'ਚ ਖਰੀਦਣੀ ਹੁੰਦੀ ਹੈ, ਤਰਲ ਪਦਾਰਥ ਲੀਟਰਾਂ 'ਚ ਖਰੀਦਣੇ ਹੈ, ਹਾਈਟ ਕਿਸ ਤਰੀਕੇ ਮਾਪਣੀ ਹੈ, ਇਹ ਸਾਰੀਆਂ ਚੀਜ਼ਾਂ ਹੈ। ਉਹਦੇ ਵਾਸਤੇ ਇੱਕ ਜਾਗਰੂਕਤਾ ਲਿਆਉਣ ਵਾਸਤੇ ਅਸੀਂ ਇਹਦੇ 'ਚ ਲੈਕਚਰ ਵੀ ਕਰਵਾਏ ਗਏ, ਸਾਰਿਆਂ ਨੂੰ ਅਵੇਅਰਨੈਸ ਵੀ, ਸਾਰਿਆਂ ਨੂੰ ਇਨਫੋਰਮੇਸ਼ਨ ਮਿਲ ਸਕੇ। ਔਰ ਸਭ ਤੋਂ ਬੜੀ ਗੱਲ, ਇਹ ਐਕਟ ਰਿਪੀਲ ਹੋਇਆ ਥੋੜ੍ਹਾ ਜਿਹਾ ਇਹਦੇ 'ਚ, ਹੋਰ ਜਿਵੇਂ ਤੁਸੀਂ ਸੁਣਿਆ ਹੋਣਾ ਵੀ ਈ ਕਮਰਸ 'ਚ ਜਿਵੇਂ ਐਮਾਜ਼ੋਨ ਅਤੇ ਫਲਿੱਪਕਾਰਟ ਅਤੇ ਕਈ ਇਹੋ ਜਿਹੀਆਂ ਏਜੰਸੀਆਂ, ਅੱਜ ਕੱਲ੍ਹ ਤਾਂ ਘਰ ਬੈਠੇ ਔਡਰ ਕਰੋ ਅਤੇ ਉੱਥੇ ਡਿਲੀਵਰੀ ਰਹੋ, ਇਹ ਫੈਸ਼ਨ ਹੋ ਗਿਆ, ਅਤੇ ਉਹ ਕਿਸੇ ਕੰਜ਼ਿਊਮਰ ਦੇ ਦਾਇਰੇ 'ਚ ਆਉਂਦੇ ਨਹੀਂ ਸੀ। ਉਹਨਾਂ ਨੂੰ ਵੀ ਉਹਦੇ ਵਿੱਚ ਲੈਣ ਲਈ ਕੰਜ਼ਿਊਮਰ 'ਚ, ਅਤੇ ਹੋਰ ਜਿਹੜੇ ਡਾਕਟਰਸ ਅਤੇ ਜਿਹੜੇ ਸਰਵਿਸ ਪ੍ਰੋਵਾਈਡਰ ਸੀਗੇ ਉਹਨਾਂ ਨੂੰ ਵੀ ਵਿੱਚ ਲੈਣ ਲਈ ਅਪੀਲ ਕੀਤਾ ਗਿਆ। ਪਾਰਲੀਮੈਂਟ 'ਚੋਂ ਐਕਟ ਪਾਸ ਹੋ ਚੁੱਕਿਆ ਅਤੇ ਉਹਨੂੰ ਨੋਟੀਫਾਈ ਹੋਣਾ ਬਾਕੀ ਹੈ ਔਰ ਜਲਦੀ ਹੀ ਨੋਟੀਫਾਈ ਹੋ ਜਾਏਗਾ ਅਤੇ ਹੋਰ ਦਾਇਰਾ ਵੱਧ ਜਾਏਗਾ। ਪਰ ਉਹ ਦਾਇਰਾ ਵਧਾਉਣ ਤੋਂ ਪਹਿਲਾਂ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਵੀ ਇਹ ਸਾਰਿਆਂ ਦੀ ਜਾਣਕਾਰੀ ਹਰ ਆਮ ਨਾਗਰਿਕਤਾ ਹੀ ਪਹੁੰਚੇ, ਅਤੇ ਉਸ ਵਾਸਤੇ ਇਹ ਅਵੇਅਰਨੈਸ ਅੱਜ ਡੇ ਮਨਾਇਆ ਗਿਆ। ਅਤੇ ਅਸੀਂ ਕੋਸ਼ਿਸ਼ ਕਰਾਂਗੇ ਇਹੋ ਜਿਹੜੇ ਸਾਡੇ ਲਿਮਿਟਿਡ ਰਿਸੋਰਸਿਜ਼ ਆ ਉਹਦੇ ਵਿੱਚ NGOs ਨੂੰ ਇਨਵੋਲਵ ਕਰਕੇ ਅਤੇ ਹੋਰ ਏਜੰਸੀਆਂ ਨੂੰ ਇਨਵੋਲਵ ਕਰਕੇ, ਕਿਉਂਕਿ ਸਾਡੇ ਦਾਇਰੇ 'ਚ ਪੈਟਰੋਲੀਅਮ ਏਜੰਸੀਆਂ, ਸਾਰੇ ਗੈਸ ਏਜੰਸੀਆਂ ਔਰ ਪੈਟਰੋਲ ਪੰਪਸ ਵਗੈਰਾ ਆਉਂਦੇ ਆ, ਉਹਨਾਂ ਨੇ ਸਾਨੂੰ ਔਫਰ ਕਰੀ ਹੈ ਵੀ ਅਸੀਂ ਇਹ ਕੰਜ਼ਿਊਮਰ ਤੁਹਾਡੇ ਅਵੇਅਰਨੈਸ ਕੈਂਪਸ ਲਵਾਉਣ 'ਚ ਮਦਦ ਕਰਾਂਗੇ ਅਤੇ ਅਸੀਂ ਇਹਨੂੰ ਹਰ ਮੁਹੱਲੇ ਗਲੀ ਪਹੁੰਚਾਵਾਂਗੇ। ਸਾਰੀ ਚੀਜ਼ਾਂ ਅਬ ਕਵਰ ਹੋ ਚੁੱਕੀਆਂ, ਕੰਜ਼ਿਊਮਰ ਕੀ ਹਰ ਇੱਕ ਚੀਜ਼ ਜੋ ਵੋ ਯੂਜ਼ ਕਰ ਰਿਹਾ, ਜੋ ਵੋ ਸਰਵਿਸਿਜ ਲੈ ਰਿਹਾ, ਵੋ ਸਭ ਇਸਮੇ ਕਵਰ ਹੋ ਚੁੱਕੀ ਹੈ ਜੀ। ਤੋ ਅਬ ਤੋ ਇਸਕੋ ਇੰਪਲੀਮੈਂਟੇਸ਼ਨ ਕੈਸੇ ਬੜਾਤੇ ਜਾਣਾ ਹੈ ਔਰ ਲੋਕੋ ਕੋ ਯੇ ਸਮਝਾਨਾ ਹੈ ਵੀ ਆਪਕੇ ਰਾਈਟਸ ਕਿਆ ਹੈ, ਆਪਨੇ ਕੋਈ ਚੀਜ਼ ਦੇਖਣੀ ਹੈ, ਕੋਈ ਐਡਵਰਟਾਈਜ਼ਮੈਂਟ ਜੋ ਵੋ ਦੇਤੇ ਹੈ ਉਸਕੇ ਅਗੇਂਸਟ ਕੋਈ ਪ੍ਰੋਡਕਟ ਦੇਤੇ ਹੈ, ਕੋਈ ਆਪਕੀ ਸੇਫਟੀ ਵੀ ਇਸਮੇ ਕਵਰ ਆਤੀ ਹੈ, ਕੋਈ ਟਬੈਕੋ ਹੈ, ਕੋਈ ਲਿਕਰ ਹੈ, ਕੋਈ ਸਿਗਰਟ ਹੈ, ਅਗਰ ਆਪ ਇਹ ਯੂਜ਼ ਕਰਤੇ ਹੋ ਉਸਕੇ ਉੱਪਰ ਵਾਰਨਿੰਗ ਲਿਖੀ ਹੈ ਕਿ ਨਹੀਂ ਲਿਖੀ ਔਰ ਵੋ ਕਿਸ ਲੈਵਲ ਤੱਕ ਸਰਵ ਕਰ ਰਿਹਾ ਹੈ, ਅਗਰ ਕੋਈ ਚੀਜ਼ ਹੈ ਉਸਕੇ ਉੱਪਰ ਕੰਟੈਂਟ ਪੂਰੇ ਲਿਖੇ ਹੋਏ ਹੈ ਕਿ ਜੋ 6 ਚੀਜ਼ਾਂ ਹੋਣੀ ਚਾਹੀਏ, ਜੋ ਪੈਕੇਜਡ ਹਮਾਰੇ ਰੂਲਸ ਹੈ, ਪੈਕੇਜਡ ਕਮੋਡਿਟੀ ਰੂਲਸ, ਉਸਕੇ ਅੰਦਰ ਜੋ ਗਾਈਡਲਾਈਨਸ ਹੈ ਵੋ ਪ੍ਰੋਪਰਲੀ ਫਾਲੋ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ, ਐਸੇ ਬਹੁਤ ਸੇ ਕਾਨੂੰਨ ਹੈ ਜੋ ਲੋਕੋ ਕੋ ਪਤਾ ਹੀ ਨਹੀਂ ਹੈ। ਇਹ ਅਵੇਅਰਨੈਸ ਹੀ ਹਮ ਫੈਲਾਨੇ ਕੇ ਲੀਏ ਬੇਸਿਕਲੀ ਇਹ ਅਰੇਂਜ ਕਰੇ ਗਏ। ਹਾਂ, ਉਹੀ ਐਕਟ ਜੋ ਕੰਜ਼ਿਊਮਰ ਐਕਟ 1986 ਮੇਂ ਬਣਾ ਥਾ, ਵੋ 2019 ਮੇਂ ਰਿਪੀਲ ਹੁਆ ਹੈ, ਤੋ ਉਸਕੇ ਅੰਦਰ ਹੀ ਇਹ ਸਭ ਕੁਛ ਕਵਰ ਹੈ। ਸਰ, ਇਤਨਾ ਇੱਕ ਯਹਾਂ ਪਰ ਜੋ ਜਜਮੈਂਟ ਹੋਤੀ ਹੈ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਮੇਂ, ਵੋ ਜਜਮੈਂਟ ਐਗਜ਼ੀਕਿਊਟ, ਬਹੁਤ ਸਾਰੇ ਐਸੇ ਪਲੀਜ਼ ਹੈ, ਯਾਨੀ ਕਿ 20 ਮਹੀਨੇ ਮੇਂ ਪਲੀਜ਼ ਆ ਜਾਤੇ ਕਿ ਜਜਮੈਂਟ ਖੁਦ ਐਗਜ਼ੀਕਿਊਟ ਨਹੀਂ ਹੋਤੇ, ਕੰਜ਼ਿਊਮਰ ਕੇ ਫੇਵਰ ਮੇਂ ਵੀ ਅਗਰ ਕੇਸਿਸ ਹੋ ਰਹੇ, ਵੋ ਐਗਜ਼ੀਕਿਊਟ ਹੀ ਨਹੀਂ ਰਹੇ ਹੋ ਰਹੇ। 2019 ਕਾ ਜੋ ਐਕਟ ਆ ਰਹਾ ਹੈ ਉਸਮੇਂ ਥੋੜ੍ਹੀ ਸੀ ਪਾਵਰਸ ਜ਼ਿਆਦਾ ਬੜਾਈ ਗਈ ਹੈ ਉਨਕੀ, ਔਰ ਸਭਸੇ ਬੜੀ ਬਾਤ ਹੈ ਸਿੱਧਾ ਕੰਜ਼ਿਊਮਰ ਕੋਰਟ ਜਾਣੇ ਕੀ ਬਜਾਏ ਐਸੇ ਬਹੁਤ ਸੇ ਰਾਸਤੇ ਹੈ ਜੋ ਅੱਜ ਬਤਾਨੇ ਕੀ ਕੋਸ਼ਿਸ਼ ਕੀ ਗਈ। ਜੈਸੇ ਮੈਨੇ ਅਭੀ ਬਤਾਇਆ, ਹਮਾਰੇ ਲੀਗਲ ਮੈਟਰੋਲੋਜੀ ਡਿਪਾਰਟਮੈਂਟ ਮੇਂ ਇਮੀਡੀਏਟ ਆਪ ਕੰਪਲੇਂਟ ਕਰੋ, ਵੋ ਉਸਕੋ ਫਾਈਨ ਡਾਲਨੇ ਕੀ ਹਮੇ ਸਿੱਧੀ ਪਰਮਿਸ਼ਨ, ਅਗਰ ਫਾਈਨ ਨਹੀਂ ਕਰੇਂਗੇ ਤੋ ਉਸਕਾ ਅਗਰ ਨਹੀਂ ਵੋ ਭਰੇਗਾ ਤੋ ਲਾਇਸੈਂਸ ਕੈਂਸਲ ਕੀਆ ਜਾ ਸਕਤਾ ਹੈ, ਐਸੇ ਬਹੁਤ ਸੇ ਪ੍ਰੋਵੀਜ਼ਨਸ ਹੈ ਜੈਸੇ ਲੀਗਲ ਮੈਟਰੋਲੋਜੀ ਮੇਂ ਹੈ। ਔਰ
डिस्ट्रिक्ट में कंज्यूमर ऑफिसर है शिकायत करनी हो तो कहाँ करें? शिकायत निवारण कमेटियाँ भी हैं, हमारे फूड डिपार्टमेंट के DFSs भी कॉम्पिटेंट हैं, उसके अंदर लीगल मेट्रोलॉजी के इंस्पेक्टर्स भी आते हैं जो ये माप तोल कंडे हर चीज़ जो आप लेते हो वो सब इंश्योरेंस वो उसकी कंप्लेंट डिस्ट्रिक्ट कंज्यूमर जो अब कमीशन बनने जा रहे हैं पहले फोरम होते थे वो भी हैं। जजेस की अपॉइंटमेंट पिछली सरकार के टाइम से डिले होती आ रही थी, जब ही हाई कोर्ट ने वो डिसीजन दिया हमने प्रोसेस चालू कर दिया, अब लास्ट स्टेजेस पे है वो। अगर एक्ट रिपील होने के कारण कुछ अड़चन ना हुई तो जल्दी जो वैकेंसीज है वो भर जाएंगे। जल्दी जल्दी टाइम 10-15 दिन की बात है। असं जिमें हूँ ही मैडम ने पूछा भी जिहड़े तुसीं डिस्ट्रिक्ट कंज्यूमर फॉरम्स दे प्रेजिडेंट और जिहड़े हुण कमीशन बनन जा रहे डिस्ट्रिक्ट उन्हों भी कमीशन किया जाएगा तो उन्हां दे जिहड़े प्रेजिडेंट और मैंबरस ने उन्हां दी अपॉइंटमेंट की प्रक्रिया चल रही है, वो इंटरव्यू वगैरह तो वो टेस्ट वगैरह चलते पे ने, तो जल्दी 10-15 दिन अगर कुछ लीगल अड़चन ना आई तो अपॉइंट हो जाएगा। टेक्नोलॉजी इनवॉल्व एक हल आ सारे जिन्हें लीकेजिज़ है जिन्हें डिस्क्रीशनज है उन्होंने प्लग करन दा टेक्नोलॉजी इनवॉल्व करनी जिस तरीके जी अज तुसी दसो जी। मैं नहीं कहना बिल्कुल ठीक हो गया पर अगे नालों असी काफ़ी कोशिश की है काफ़ी उपराले किए साडा डिस्ट्रीब्यूशन सिस्टम ऑलमोस्ट असी प्लग करके रख दिता है। हाँ किते किते जिहड़ा खपतकार है उहदी अणगहली करके कोई चूना लगा जाए तो लगा जाए, जे उहनूं बोरी 30 किलो की जगह कोई 28 किलो की दे दिंदा तो उहदी अणगहली है, वह चैक करके लैके जाए उतों, नहीं तो साड़ी जिहड़ा अगे हुंदा सीगा भी 1,41,00,000 का राशन वंडिया ही वंडिया जाना, हुण नहीं वंडिया जांदा, हुण जिहड़ा उत्थे अंगूठा लगाएगा उहदे परिवार का राशन उहनूं मिलना, नहीं तो मिलना नहीं ना। वो तां मशीन ही लग गई होर कोई लग ही नहीं सकता। इस तरीके ही जिहड़ी प्रक्योरमेंट है उहदे विच भी असी हुणे ही लंघ के गई है साडी प्रक्योरमेंट, उहदे विच मिलरां दी रजिस्ट्रेशन मिलरां दे ROs उह सारे असी टेक्नोलॉजी ते लै गए उहनां नूं ऑनलाइन कर दित्ता गया सारा नूं। मैनू वो वास्ते फस्ट हैंड इनफॉर्मेशन नहीं है पर शहीदों का सत्कार सब तो उत्ते रहेगा। हुण भी असी शहीदी पंद्रवाड़ा मना रहे हैं जिन्हां दे करके अज पंजाब है जिन्हां दे करके अज कौम है, तो उन्हां नूं असी कित्थे भुल सकते हैं। सुखबीर बादल दे कहे ते नहीं, ये जदों लोकी इहदा 2022 दे विच हिसाब किताब करनगे असी उन्हां नूं मनांगे। ये सारी दुनिया नूं पता है, कैप्टन साहब कोई झूठ नहीं बोल रहे, सब नूं पता है 2017 च किस तरीके का पंजाब सानूं दिता गया सी। 2017-11 तरीक नूं सरकार बनी सी, 10 तरीक नूं 31,000 करोड़ का लोन ये पा दिता गया सी पंजाब दे जिहड़े लोग अज तक भुगत रहे हैं जिस करके अज तक फाइनैंशियल हालात ठीक नहीं हो पा रहे। अज ठीक 2-2.5 साल के साडे फाइनैंस मिनिस्टर और CM साहब की मेहनत करके होए सीगे, तो सेंटर गवर्नमेंट ने वधीकियां शुरू कर दित्तियां, उन्होंने साडी GST की कंपनसेशन रोकनी शुरू कर दी। एक साडा आप दा हक आ, वो कोई पंजाब दे उत्ते कोई उन दान नहीं कर रहे जां भला नहीं कर रहे, साडा वो साडा हक आ जिहड़ा GST दा सानू मिलना आ। इन्हां हालातां दे विच भी अज भी डिवेलपमेंट किते नहीं रुकी, अज भी तुसी सारे मेरे महकमे की गल करो थोड़े इन्ने बंदे पिछों लंघ के गए है, कभी किसी नू आह जिहड़ी साडी कणक है वह टाइम तो लेट मिली है, सब तो पहला मिलती है, किसी की पेंशन अज तई रुकी है। पिछले एक मिनट साहब जिहड़ियां पेंशन 8-8 महीने मिलदियां नहीं सी, अज 14-20 तरीक हुंदी नहीं, उहदे विचाले सब दे अकाउंट्स चले जांदी है। ਤੁਸੀਂ ਜਾ ਕੇ ਪੈਨਸ਼ਨ ਹੋਲਡਰਾਂ ਨੂੰ ਪੁੱਛੋ ਜਿਹੜੇ ਸੋਸ਼ਲ ਵੈਲਫੇਅਰ ਦੇ ਕੰਮ ਨੇ, ਜੋ ਅਨਾਊਂਸਮੈਂਟਾਂ ਕੀਤੀਆਂ ਸੀ ਔਰ ਉਹਨਾਂ ਕੋਲ ਤਾਂ 250 ਰੁਪਏ ਨਹੀਂ ਸੀ ਦਿੱਤੇ ਜਾ ਰਹੇ, ਅਸੀਂ ਤਾਂ 750 ਦੇ ਰਹੇ ਹਾਂ। ਜਿਹੜੇ ਇਹਨਾਂ ਹੀ ਵਿੱਤੀ ਹਾਲਾਤਾਂ ਦੇ ਵਿੱਚ 6,000 ਕਰੋੜ ਦੇ ਕਰਜ਼ੇ ਮਾਫ਼ ਕਰਤੇ ਪੰਜਾਬ ਸਰਕਾਰ ਨੇ,
ਕਿੱਥੋਂ ਆਇਆ ਪੈਸਾ? ਅਰੇਂਜ ਇਹੀ ਫਾਈਨੈਂਸ ਮਿਨਿਸਟਰ ਨੇ ਕੀਤਾ, ਇਹੀ ਚੀਫ ਮਿਨਿਸਟਰ ਨੇ ਕੀਤਾ, ਉਹ ਪੈਸਾ ਲੋਕਾਂ ਦੀ ਭਲਾਈ ਲਈ ਵਰਤਿਆ ਜਾ ਰਿਹਾ ਹੈ। ਜਿਹੜਾ ਪੇਸ ਥੋੜ੍ਹਾ ਬਹੁਤ ਘੱਟ ਆ, ਇਹ ਮੰਨਣਾ ਪਊਗਾ। ਸਾਰੇ ਦੇ ਸਾਰੇ ਪੰਜਾਬ ਦੇ ਲੋਕ ਇਸ ਚੀਜ਼ ਨੂੰ ਜਾਣਦੇ ਆ, ਅੱਜ ਬੈਠੇ ਉੱਥੇ ਵਜ਼ਾਰਤਾਂ ਮਾਣ ਰਹੇ ਆ। ਸੁਖਬੀਰ ਬਾਦਲ ਹੋਣੀ ਅਤੇ ਮਿਸਿਸ ਬਾਦਲ, ਉਹਨਾਂ ਦੇ ਮਿਸਿਸ, ਉਹਨਾਂ ਨੂੰ ਨਹੀਂ ਸਮਝ ਆਉਂਦੀ ਵੀ 5100 ਕਰੋੜ ਪੰਜਾਬ ਦਾ ਹੈਗਾ, ਪੰਜਾਬ ਨਾਲ ਧੱਕਾ ਕਰਦੇ ਪਏ ਅਸੀਂ, ਉੱਥੇ ਬੈਠੀਏ ਮੋਦੀ ਸਾਹਿਬ ਦੇ ਸਿਰ 'ਤੇ। ਇੱਥੇ ਬੈਠੇ ਗੱਲਾਂ ਕਰਨੀਆਂ ਬੜੀਆਂ ਸਿਖਾਲੀਆਂ ਨੇ, ਉਹਨਾਂ ਨੂੰ ਨਹੀਂ ਪਤਾ ਵੀ ਇਹ ਪੰਜਾਬ ਦੇ ਹਾਲਾਤ ਕਿਹਨੇ ਕੀਤੇ, ਲਾਅ ਐਂਡ ਆਰਡਰ ਕਿੱਥੇ ਖੜ੍ਹਾ ਸੀ। ਅੱਜ ਮੈਂ ਪਿੱਠ ਥਪਥਪਾਉਣਾ ਸਾਡੇ ਹੋਮ ਮਿਨਿਸਟਰ, ਜਿਹੜੇ ਖੁਦ ਚੀਫ ਮਿਨਿਸਟਰ ਸਾਹਿਬ ਨੇ, ਅਤੇ ਸਾਰੀ ਪੰਜਾਬ ਪੁਲਿਸ ਦਾ, ਜਿਹਨੇ ਗੈਂਗਸਟਰ ਕਲਚਰ ਖਤਮ ਕਰਕੇ ਰੱਖਤਾ, ਜਿਹਨੇ ਡਰੱਗ ਦੀ ਸਪਲਾਈ ਲਾਈਨ ਤੋੜ ਕੇ ਰੱਖ ਦਿੱਤੀ। ਮੈਂ STF ਸਾਹਿਬ ਦੀ ਕਦਰ ਕਰਦਾ, ਜਿਹੜੀ ਸਾਡੀ ਫੋਰਸਿਸ ਕੰਮ ਕਰ ਰਹੀਆਂ। ਕਹਿਣਾ ਬਹੁਤ ਸਿਖਾਲਾ ਹੈ, ਜਿਹੜੇ ਖੂਚ ਸਿੱਟ ਕੇ ਗਏ ਸੀ, ਅੱਜ ਉਹਦੇ 'ਚੋਂ ਹੌਲੀ ਹੌਲੀ ਕੈਪਟਨ ਅਮਰਿੰਦਰ ਸਿੰਘ ਜੀ ਕੱਢਣ ਲੱਗੇ ਹੋਏ ਨੇ, ਔਰ ਬਗੈਰ ਕਿਸੇ ਗੱਲ ਤੋਂ। ਅਸੀਂ ਸ਼ੇਖਾਖੋਰੀ ਬਿਲਕੁਲ ਨਹੀਂ ਕਰਦੇ, ਜਿਵੇਂ ਉਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ। 25 ਸਾਲ 28 ਸਾਲ ਲੋਕਾਂ ਨੇ ਅੱਜ ਅਪੋਜੀਸ਼ਨ ਪਾਰਟੀ ਜੋਗੇ ਵੀ ਨਹੀਂ ਛੱਡੇ, ਅਤੇ ਅੱਜ ਫਿਰ ਦੁਬਾਰਾ ਗੱਲਾਂ ਕਰਕੇ ਦੁਬਾਰਾ। ਅਗਰ ਕੰਜ਼ਿਊਮਰ ਡੇ ਕੰਜ਼ਿਊਮਰ ਕੇ ਘੇਰੇ ਮੇਂ ਮੋਦੀ ਸਾਹਿਬ ਵੀ ਆਤੇ ਨਾ, ਤੋ ਆਜ ਉਸਕੇ ਉੱਪਰ ਵੀ ਲੋਕ ਕੀ ਕੰਪਲੇਂਟੋ ਕੀ ਭਰਮਾਰ ਹੋ ਜਾਣੀ ਥੀ। ਅਗਰ ਵੋ ਵੀ ਘੇਰੇ ਮੇਂ ਆਤੇ, ਯੇ ਬਦਕਿਸਮਤੀ ਹੈ ਕਿ ਵੋ ਘੇਰੇ ਮੇਂ ਨਹੀਂ ਹੈ। ਵੋ 5 ਸਾਲ ਬਾਅਦ ਉਨਕਾ ਹਿਸਾਬ ਪਬਲਿਕ ਲੇਗੀ। ਆਜ ਜੋ ਹਮ ਕਹਿ ਲੀਏ, ਜੋ ਬੀਚ ਬੀਚ ਮੇਂ ਛੋਟੇ ਛੋਟੇ ਟੈਸਟ ਹੋ ਰਹੇ ਹੈ, ਉਨਮੇਂ ਸੇ ਲਗਾਤਾਰ ਫੇਲ ਹੋਤੇ ਜਾ ਰਹੇ ਹੈ। ਇਸ ਸਾਲ ਮੇਂ 5 ਸਰਕਾਰੇ ਉਨਕੀ ਚਲੀ ਗਈ, ਜੋ ਬੋਲਤੇ ਥੇ ਕਾਂਗਰਸ ਮੁਕਤ ਹੋਗਾ, ਆਜ ਖੁਦ ਮੁਕਤ ਹੋਣੇ ਕੋ ਜਾ ਰਹੇ ਹੈ।